ਲੈ ਹਾਂਜੀ ਕੁਛ ਨਹੀਂ ਹੈਗਾ ਇਹ ਕਿ ਜਮਾ ਸਿੰਪਲ ਹੈ ਪਰ ਦਿਮਾਗ ਸਾਰਿਆਂ ਦੇ ਕਰ ਦੂਗਾ ਬੰਦ ਤੇ ਸ਼ੇਅਰ ਕਰ ਦਿਓ ਬਹੁਤ ਤਕੜਾ ਇਹ ਉਹ ਹੈ ਇਹ अच्छा, ਹੈਗੀ ਹੈ ਜੀ ਤਿੰਨ ਮੰਜ਼ਲੀ ਹਵੇਲੀ तीन ਠੀਕ ਹੈ मंजिली तुसी हवेली करी है, ਤਿੰਨ ਮੰਜ਼ਲੀ ਹਵੇਲੀ ਹੈ एक दो ਤੇ तीन। ਤਿੰਨ ਠੀਕ ਹੈ ਹੁਣ ਤੀਜੀ 'ਚ ਵੀ ਬੰਦੇ ਨੇ ਦੂਜੀ 'ਚ ਵੀ ਬੰਦੇ ਨੇ ਤੇ ਪਹਿਲੀ 'ਚ ਵੀ ਬੰਦੇ ਨੇ ਠੀਕ ਹੈ, ਠੀਕ ਹੈ ਮੰਨ ਲਿਆ ਮੰਨ ਲਓ ਤੁਸੀਂ ਮੈਥ ਟੀਚਰਾਂ ਵਾਂਗੂ ਵੀ ਇਹ ਹਾਂ ਐਕਸ ਐ ਫਲਾਨਾ ਹਾਂ ਹੈ, ਵੀ ਇਹ 'ਚ ਪਹਿਲੀ ਦੂਜੀ ਤਿੰਨੇ ਮੰਜ਼ਲਾਂ 'ਚ ਬੰਦੇ ਨੇ, ਤਿੰਨੇ ਮੰਜ਼ਲਾਂ ਦੇ ਵਿੱਚ ਬੰਦੇ ਬੈਠੇ ਤੇ ਮੌਸਮ ਖਰਾਬ ਹੋ ਕੇ ਮੀਂਹ ਪੈਣ ਲੱਗ ਗਿਆ, ਮੀਂਹ ਪੈਣ ਲੱਗ ਗਿਆ ਠੀਕ ਹੈ, ਮੀਂਹ ਪੈਣ ਤੋਂ ਬਾਅਦ ਆਹ ਇਮਾਰਤ 'ਚ ਕੋਈ ਦਿੱਕਤ ਹੈ, ਚੂਣ ਲੱਗ ਗਈ, ਆ ਚੂਣ ਲੱਗ ਗਈ ਜੀ, ਹਾਂ ਤੇੜ ਆਈ ਹੋਈ ਹੈ, ਤੇ ਇਹਦੇ 'ਚ ਜਿਹੜੇ ਬੰਦੇ ਨੇ ਇਹ ਕਹਿੰਦੇ ਵੀ ਅਸੀਂ ਦੂਜੀ ਮੰਜ਼ਲ 'ਚ ਆ ਜੀ, ਹਾਂ ਪੁੱਛਣ ਲੱਗ ਗਏ ਹਾਂ, ਤੁਮਾਰ ਦੂਜੀ ਵਾਲੇ ਕਹਿੰਦੇ ਵੀ ਆ ਜਾਓ, ਕਹਿੰਦੇ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਆਉਣਾ, ਪਰ ਕਹਿੰਦੇ ਵੀ ਸਾਡੀ ਸ਼ਰਤ ਹੈ ਵੀ ਜਿੰਨੇ ਅਸੀਂ ਆ ਤੁਸੀਂ ਉਦੋਂ ਅੱਧੇ ਆ ਜਾਓ, ਉਹ ਕਹਿੰਦੇ ਵੀ ਠੀਕ ਅਸੀਂ ਹੈ ਆ ਵੀ ਜੇ ਮੰਨ ਲੈ 4 ਜਣੇ ਨੇ ਹਾਂ ਤਾਂ ਇਹ ਕਹਿੰਦੇ ਤੁਸੀਂ 2 ਜਣੇ ਉੱਪਰ ਹਾਂ, ਉੱਤਰ ਸਕਦੇ ਜੇ ਅਸੀਂ 10 ਆ ਤਾਂ ਤੁਸੀਂ 5 ਆ ਜਾਓ, ਤਾਂ 5 ਆ ਜਿੰਨੇ ਅਸੀਂ ਉਹਨੂੰ ਤੁਸੀਂ ਅੱਧ ਚ ਆ ਜਾਓ ਠੀਕ ਹੈ, ਉਦੋਂ ਬਾਅਦ ਇਹ ਆ ਗਏ ਇੱਥੇ, ਇਹ ਆ ਗਏ ਫਿਰ ਆ ਦੂਜੀ ਮੰਜ਼ਲ ਵੀ ਚੂਣ ਲੱਗ ਗਈ, ਚੂਣ ਲੱਗ ਗਈ ਠੀਕ ਹੈ, ਹਾਂ ਤੇ ਦੂਜੀ ਵਾਲੇ ਕਹਿੰਦੇ ਵੀ ਪਹਿਲੀ ਵਾਲਿਆਂ ਨੂੰ ਵੀ ਅਸੀਂ ਹੇਠ ਆ ਜੀ ਆ ਚੂਣ ਲੱਗ ਗਈ, ਪਹਿਲੀ ਵਾਲੇ ਕਹਿੰਦੇ ਵੀ ਆ ਜਾਓ ਕੋਈ ਚੱਕਰ ਨਹੀਂ ਪਰ ਸਾਡੀ ਸ਼ਰਤ ਹੈ ਵੀ ਜਿੰਨੇ ਅਸੀਂ ਆ ਉਹਨੇ ਤੁਸੀਂ ਆ ਜਾਓ, ਉਨੀ ਤੁਸੀਂ ਆ, ਹੁਣ ਤੁਸੀਂ ਮੈਨੂੰ ਐ ਦੱਸੋ ਵੀ ਇਹ 'ਚ ਸਾਰੇ ਬੰਦੇ ਕਿੰਨੇ ਨੇ, ਜਦੋਂ ਮੀਂਹ ਹਟ ਗਿਆ ਲਾਸਟ ਤੇ ਉਦੋਂ ਇਹਦੇ 'ਚੋਂ ਬਰਾਬਰ ਮਾਤਰਾ 'ਚ ਬੰਦੇ ਨਿਕਲੇ ਨੇ, ਇਹ 'ਚੋਂ ਵੀ ਇੰਨੀ ਨਿਕਲੇ ਨੇ, ਇਹ 'ਚੋਂ ਵੀ ਇੰਨੀ, ਇਹ 'ਚੋਂ ਵੀ ਇੰਨੇ ਨਿਕਲੇ ਨੇ, ਇਹ 'ਚੋਂ ਨਿਕਲੇ ਤੇ ਇਹ 'ਚੋਂ ਵੀ ਇੱਕ ਹੈ, ਇਹ 'ਚੋਂ ਵੀ ਇੱਕ ਹੈ, ਹੁਣ ਮੈਂ ਸਾਰਾ ਗੇਮ ਸਮਝ ਗਿਆ ਤੁਹਾਡੀ, ਪਹਿਲੀ ਇਮਾਰਤ ਚੂਣ ਲੱਗ ਗਈ ਇਹ ਬੰਦਿਆਂ ਨੇ, ਹਾਂ ਹਾਂ ਆਹ ਇਮਾਰਤ ਚੂਣ ਲੱਗ ਗਈ, ਹੇਠ ਵਾਲੇ ਨੂੰ ਪੁੱਛਿਆ ਵੀ ਅਸੀਂ ਥੱਲੇ ਆ ਜਾਈਏ, ਉਹ ਕਹਿੰਦਾ ਵੀ ਜਿੰਨੇ ਅਸੀਂ ਆ ਉਦੋਂ ਅੱਧੇ ਆ ਜਾਓ, ਉਦੋਂ ਅੱਧੇ ਆ ਜਾਓ, ਹਾਂ ਠੀਕ ਹੈ ਜਿੰਨੇ ਅਸੀਂ ਆ ਵੀ ਆਪਦੇ ਹਿਸਾਬ ਨਾਲ, ਹਾਂ ਜੇ ਉਰੇ 10 ਬੈਠੇ ਆ ਤਾਂ ਇਹਨਾਂ ਨੇ 5 ਬੁਲਾਏ ਆ, 5 ਬੁਲਾਏ ਠੀਕ ਹੈ, ਹਾਂ ਫਿਰ ਇਹ ਵੀ ਚੂਣ ਲੱਗ ਗਈ, ਇਹ ਵੀ ਚੂਣ ਲੱਗ ਗਈ, ਇਹਨਾਂ ਨੇ ਥੱਲੇ ਰਿਕੁਐਸਟ ਕੀਤੀ ਵੀ ਅਸੀਂ ਹੇਠ ਆ ਜਾਈਏ, ਇਹ ਕਹਿੰਦੇ ਜਿੰਨੇ ਅਸੀਂ ਆ ਉਹਨੇ ਬੰਦੇ ਨੇ ਆ ਜਾਓ, ਪਰ ਜਦੋਂ ਮੀਂਹ ਹਟ ਗਿਆ ਫਿਰ ਤਿੰਨਾਂ 'ਚੋਂ ਬਰਾਬਰ ਹੀ ਬੰਦੇ ਨਿਕਲੇ ਨੇ, ਬਰਾਬਰ ਹੀ, ਹੁਣ ਤੁਸੀਂ ਮੈਨੂੰ ਐ ਦੱਸੋ ਵੀ ਸਾਰੇ ਬੰਦੇ ਕਿੰਨੇ ਨੇ ਤੇ ਤੀਜੀ ਦੂਜੀ ਪਹਿਲੀ 'ਚ ਕਿੰਨੇ ਕਿੰਨੇ ਸੀ, ਲੈ ਲਾਓ ਦਿਮਾਗ, ਜੇ ਨਾ ਦਿਮਾਗ ਹੱਲੇ ਤਾਂ ਕਹਿ ਦਿਓ, ਸਾਢੇ 7 ਬੰਦੇ ਨੇ, ਕਰਕੇ ਦਿਖਾਓ ਤੇ ਆ ਦੋ, ਸਾਢੇ 7 ਤੇ ਆ ਦੋ ਸਿੱਖਾਂ ਦੀ ਮਦਦ ਲੈ ਸਕਦੇ ਹੋ ਤੁਸੀਂ ਬੰਦੇ ਲੱਭਣ ਵਾਸਤੇ, ਠੀਕ ਹੈ ਤੋੜ ਕੇ, ਹਾਂ ਹੁਣ ਤੁਸੀਂ ਆਪਦਾ ਲੈ ਸਕਦੇ ਹੋ ਜੀ ਮਦਦ, ਲਾਓ ਵੀ ਦਿਮਾਗ, ਲਾਓ ਦਿਮਾਗ, ਅਸੀਂ ਤਾਂ ਲੱਭ ਲਿਆ ਕੋਈ ਦੀਂਦਾ ਤਾਂ ਹੈ ਨਹੀਂ ਜੀ, ਠੀਕ ਹੈ ਚਲੋ ਹਾਸੀ ਮਜ਼ਾਕ ਦੀ ਗੱਲ ਲੱਗ ਗਈ ਜੀ, ਮੈਥ ਦਾ ਸਵਾਲ ਹੈ, ਕਰਨ ਵਾਲਾ ਸਵਾਲ ਹੈ ਇਹ, ਮੈਥ ਦਾ ਸਵਾਲ ਹੈ, ਤਿੰਨ ਮੰਜ਼ਲੀ ਹਵੇਲੀ 'ਚ ਬੰਦੇ ਲੱਭਣੇ ਨੇ ਵੀ ਕਿੰਨੇ ਨੇ ਮੀਂਹ ਪੈਣ ਤੋਂ ਬਾਅਦ, ਪਹਿਲੀ ਮੰਜ਼ਲ ਤੇ ਹੈਗੇ ਜੀ 6 ਬੰਦੇ, ਠੀਕ ਹੈ ਠੀਕ ਹੈ, ਹਾਂ ਉਹਨਾਂ ਨੇ ਥੱਲੇ ਕਿਹਾ ਵੀ ਅਸੀਂ ਆ ਜਾਈਏ, ਉਹ ਕਹਿੰਦੇ ਵੀ ਤੁਸੀਂ ਜਿੰਨੇ ਅਸੀਂ ਉਹਨੇ ਅੱਧੇ ਆ ਜਾਓ, ਹਾਂ ਠੀਕ ਹੈ, ਥੱਲੇ ਸੀਗੇ 2 ਬੰਦੇ, ਉੱਤੋਂ ਭਾਈ ਉਹ 2 ਆ ਗਏ, 2 ਆ ਗਏ, ਅਈ ਆਉਣਗੇ ਉੱਤੋਂ, ਦੱਸੋ ਜੀ ਤੁਸੀਂ, ਹਾਂ ਠੀਕ ਹੈ, ਹਾਂ ਥੱਲੇ ਥੱਲੇ ਕਿੰਨੇ ਕਿਹਾ ਤੁਸੀਂ ਨੇ 2 2 ਨਾ, ਉਹਨਾਂ ਨੇ ਕਿਹਾ ਵੀ ਜਿੰਨੇ ਅਸੀਂ ਉਦੋਂ ਅੱਧੇ ਆ ਜਾਓ, ਉਦੋਂ ਅੱਧੇ ਆ ਜਾਓ, ਹਾਂ ਜੇ ਥੱਲੇ 2 ਫਿਰ ਤਾਂ 21 ਜਾਊਗਾ, ਇਹ ਤਾਂ ਪੰਬਲ ਭੂਸੇ 'ਚ ਪੈ ਗਿਆ ਕੰਮ, ਉੜ ਚ ਗਿਆ, ਲਾਓ ਯਾਰ ਇਹਦਾ ਮਤਲਬ ਉੱਤੇ ਸੀਗੇ ਜੀ, ਖੜ ਜਿਹੜੀ ਲੱਭੇ ਜਾਂਦੇ ਤੁਹਾਡੇ ਤੋਂ ਯਾਰ, ਉੱਤੇ ਸੀਗੇ 15 ਬੰਦੇ, ਹਾਂ ਥੱਲੇ ਸੀਗੇ ਨਾ ਉੱਤੇ 14 ਸੀਗੇ, 14 ਥੱਲੇ ਨੇ 7 ਬੰਦੇ, ਠੀਕ ਹੈ 7 ਠੀਕ ਹੈ, ਇਹਨਾਂ ਨੇ ਪੁੱਛਿਆ ਵੀ ਅਸੀਂ ਆ ਜੀ, ਕਹਿੰਦੇ ਉਦੋਂ ਅੱਧੇ ਆ ਜਾਓ, ਜਿੰਨੇ 7 ਆ ਗਏ ਉਹ ਫਿਰ, ਹਾਂ ਫਿਰ 14 ਹੋ ਗਏ ਹੇਠਾਂ, ਹੇਠਾਂ 14 ਉੱਪਰ ਰਹਿ ਗਏ 7, ਉੱਪਰ 7 ਰਹਿ ਗਏ, ਹਾਂ ਫਿਰ ਉੱਡ ਗਏ ਜੀ, ਫਿਰ ਉੱਡ ਗਏ, ਲੈ ਵੀ ਇਹ ਤਾਂ ਸਾਡੇ ਬੰਦੇ ਦਾ ਉੱਡ ਗਏ, ਹੇਠਾਂ ਤੱਕ ਲੈ ਕੇ ਆਓ, ਤੁਸੀਂ ਸ਼ੇਅਰ ਕਰ ਦਿਓ, ਹੇਠਾਂ ਲੈ ਕੇ ਆਓ, ਬੰਦੇ ਫਾ ਜਾਣ ਜੀ ਆਪਾਂ ਨੂੰ, ਪਹਿਲੀ ਮੰਜ਼ਲ ਤੱਕ ਲੈ ਕੇ ਆਓ ਤੇ ਫਿਰ ਬਰਾਬਰ ਗਿਣਤੀ ਕਰਾ ਦਿਓ, ਯਾ 2 ਡੱਕਿਆਂ ਨਾਲ ਆਪਦਾ ਤੁਸੀਂ ਧਰ ਕੇ ਦੇਖ ਲਓ ਬੰਦੇ ਬਣਾ ਬਣਾ ਕੇ, ਇੱਥੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਤੇ ਜਿੰਨੇ ਤੁਸੀਂ ਹੋ ਤੁਸੀਂ ਵੀ ਦਿਮਾਗ ਲਾ ਲਿਓ ਸਾਰੇ, ਵੀਡੀਓ ਸ਼ੇਅਰ ਕਰ ਦਿਓ, ਦਿਮਾਗ ਖਰਾਬ ਕਰਨ ਵਾਲਾ ਸਵਾਲ ਹੈ, ਲਾਓ ਇਸ ਵੱਡੇ ਸ਼ਰਮਾ ਜੀ ਲੱਗੇ, ਲਾਓ ਸ਼ਰਮਾ ਜੀ, ਮੰਨ ਕੇ ਚੱਲੋ ਜੀ, ਦੇਖੋ ਜੀ ਮੈਂ ਤੇ ਆਪਣੇ 2 ਬੰਦੇ ਨੇ, 2 ਬੰਦੇ ਦੋ ਨੇ, ਦੋ ਤਾਂ 2 ਬੰਦੇ ਨੇ, 2 ਇਹ ਚ ਨੇ, 2 ਬਹਿ ਗਏ, ਹਾਂ ਹਾਂ 2 ਨੇ, 2 ਨੇ, ਠੀਕ ਹੈ, ਹੇਠਾਂ ਕਿੰਨੇ ਨੇ ਹੁਣ, ਹੇਠਾਂ ਮਤਲਬ ਹੇਠਾਂ ਨੇ ਅੱਧੇ ਬੁਲਾਏ ਨੇ ਕਿ ਬਰਾਬਰ, ਅੱਧੇ 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 ਵੀ ਜਿੰਨੇ ਅਸੀਂ ਆ ਉਦੋਂ ਅੱਧੇ ਆ ਜਾਓ ਤੁਸੀਂ, ਮੰਨ ਲੈ 2 ਨੇ ਇਹਨਾਂ ਨੇ, ਇੱਥੇ ਵੀ 2 ਧਰ ਲੈ, ਹਾਂ 2 ਧਰ ਲੈ, ਇੱਥੇ ਵੀ 2, ਹੁਣ ਇਹ ਕਹਿੰਦੇ ਵੀ ਇੱਕ ਬੰਦਾ ਆ ਜਾਓ, ਇਹ 2 ਨੇ ਜੀ, ਹਾਂ ਇੱਕ ਮੰਗ ਲਿਆ, ਇੱਕ ਆ ਗਿਆ ਹੇਠਾਂ, ਹਾਂ ਠੀਕ ਹੈ, ਹੇਠਾਂ ਵਾਲਾ ਕਹਿੰਦਾ ਜਿੰਨੇ ਅਸੀਂ ਆ ਤੁਸੀਂ ਉਨੇ ਬਰਾਬਰ ਮਾਤਰਾ ਚ ਉਨੇ ਆ ਜਾਓ, ਜਿੰਨੇ ਅਸੀਂ ਆ ਹੇਠਾਂ, ਮੰਨ ਲੈ ਜੇ ਇੱਕ ਬੰਦਾ ਤਾਂ ਇੱਕ ਬੁਲਾ ਲੂਗਾ, ਜੇ 2 ਨੇ ਤਾਂ 2 ਬੁਲਾ ਲੂਗਾ, ਫਿਰ ਥੱਲੇ ਵਧਣਗੇ ਬੰਦੇ, ਬਰਾਬਰ ਨਿਕਲੇ ਨੇ ਸਾਰੇ, ਬੰਦੇ ਬਰਾਬਰ ਨਿਕਲੇ ਕੱਢੋ, ਇਹ ਤਾਂ ਦਿਮਾਗ ਖਰਾਬ ਹੋ ਗਿਆ, ਇੱਥੇ ਹੇਠਾਂ ਲੈ ਕੇ ਜਾਓਗੇ ਉੱਪਰ ਕੱਟ ਜੂਗਾ, ਫਿਰ ਉੱਪਰ ਇੱਕ ਰਹਿ ਗਿਆ, ਉੱਪਰ ਹੈਗੇ ਜੀ 4 ਬੰਦੇ, 4 ਕਰ, 4 ਕਰ ਲਓ, 4 ਕਰ ਲਓ, ਕਰ ਲਓ, ਉੱਪਰ 4 ਬੰਦੇ, 4 ਬੰਦੇ ਆ ਗਏ, 4 ਹੋ ਗਏ, 4 ਹੋ ਗਏ, ਹਾਂ 4, ਇੱਕ ਹੋਰ ਬਿਠਾ ਉੱਤੇ, ਇੱਕ ਹੋਰ ਬਿਠਾ ਤਾ, ਉੱਪਰ ਹੈਗੇ 4 ਬੰਦੇ, 4 ਵਾਲਾ ਕਹਿੰਦਾ ਵੀ ਇਹ ਇਹਨਾਂ ਨੇ ਥੱਲੇ ਹੈਲਪ ਲਈ, ਹਾਂ ਠੀਕ ਹੈ, ਵੀ ਯਾਰ ਬਾਈ ਸਾਡਾ ਚੂਮ ਲੱਗ ਗਿਆ ਸੀ ਥੱਲੇ ਆ ਜੀ, ਇਹ ਕਹਿੰਦਾ ਵੀ ਤੁਸੀਂ ਅੱਧੇ ਆ ਜਾਓ, ਹਾਂ ਅੱਧੇ ਆ ਜਾਓ,
8 ਕਰ ਲੈਨੇ ਆ 8 ਕਰ ਲੋ 6 ਹੋ ਗਏ 7 ਤੇ ਉੱਪਰ ਹੈਗੇ 8 ਬੰਦੇ 8 ਬੰਦੇ ਠੀਕ ਹੈ ਜੀ ਠੀਕ ਹੈ ਜੀ ਹੇਠਾਂ ਹੇਠਾਂ ਹੈਗੇ ਸਾਡੇ ਕੋਲੇ ਜੀ ਰੱਬ ਤੇਰਾ ਭਲਾ ਕਰੇ 4 ਬੰਦੇ 4 ਠੀਕ ਹੈ ਥੱਲੇ ਹੈਗੇ ਜੀ 2 ਬੰਦੇ ਠੀਕ ਹੈ ਸਮਝੇ ਗੱਲ ਹੁਣ 8 ਵਾਲਾ ਕਹਿੰਦਾ ਵੀ ਇਹਨੇ ਹੈਲਪ ਮੰਗੀ ਵੀ ਅਸੀਂ ਥੱਲੇ ਆ ਜਾਈਏ ਇਹ ਕਹਿੰਦਾ ਵੀ ਜਿੰਨੇ ਅਸੀਂ ਆ ਉਹਨੂੰ ਅੱਧੇ ਆ ਉਹਨੂੰ ਅੱਧੇ ਆ ਜਾਓ ਇਹ ਚ 2 ਆ ਗਏ 2 ਆ ਗਏ ਠੀਕ ਹੈ 6 ਵੱਜ ਗਏ ਉੱਤੇ 6 ਰਹਿ ਗਏ ਪੂਰੇ ਬਣ ਗਏ 6 ਹੁਣ ਉਹ ਕਹਿੰਦਾ ਵੀ ਜਿੰਨੇ ਅਸੀਂ ਆ ਉਹਨੇ ਆ ਜਾਓ ਜਿੰਨੇ ਅਸੀਂ ਆ ਕਹਿੰਦਾ ਉਹਨੇ ਆ ਜਾਓ ਹੁਣ ਤੁਸੀਂ 2 ਲੈ ਜਾਓ 2 ਵੱਜ ਗਏ ਹੁਣ ਉੱਪਰ ਵੱਜ ਗਏ ਜੀ ਉੱਪਰ 2 ਬੰਦੇ ਵੱਜ ਗਏ 2 ਬੰਦੇ ਬਈ ਲਵੀ ਹੈ ਕੰਮ ਲਵੀ ਹੈ ਲਵੀ ਹੈ ਕੰਮ ਹਾਂ ਉੱਤੇ ਬੰਦੇ ਜੀ 7 ਕਰ ਦਈਏ ਜੀ ਆਪਾਂ ਫਿਰ ਇੱਕ ਬੰਦਾ ਘੜ ਜੂ ਫਿਰ ਇੱਕ ਬੰਦਾ ਘੜ ਗਿਆ ਯਾਰ ਲੈ ਦੱਸੋ ਜੀ ਕੰਮ ਵੀ ਬਹੁਤ ਲੰਬਾ ਚੌੜਾ ਹੋ ਗਿਆ ਸਾਡੇ ਬੰਦੇ ਦਾ ਉਲਝ ਗਏ ਜੀ ਹਾਂ ਉਲਝ ਗਏ ਦੱਸੋ ਜਵਾਬ ਦਈਏ ਜਾਂ ਮੱਥਾ ਮਾਰੂੰਗੇ ਨਾ ਮੱਥਾ ਮਾਰਾਂਗੇ ਜਵਾਬ ਨਹੀਂ ਮਾਰੂੰਗੇ ਮੱਥਾ ਨਾ 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 ਜਵਾਬ ਦੇਣਾ ਤਾਂ ਅਸੀਂ ਦੇ ਦਾਂਗੇ ਮੱਥਾ ਮਾਰਾਂਗੇ ਸਾਡੇ ਕੋਲੇ ਇਹਦਾ ਜਵਾਬ ਹੈਗੇ ਜੀ ਤੇ ਬਹੁਤ ਸੌਖਾ ਜਵਾਬ ਹੈ ਆਨਸਰ ਦੇ ਵਿੱਚ ਹੀ ਪਿਆ ਹਾਂ ਇਹਦੇ ਵਿੱਚ ਜਮਾ ਜਵਾਬ ਪਿਆ ਤੁਸੀਂ ਦੁਬਾਰੇ ਸਵਾਲ ਸੁਣ ਕੇ ਚੰਗੀ ਤਰ੍ਹਾਂ ਕੱਢਣ ਦੀ ਕੋਸ਼ਿਸ਼ ਕਰਿਓ ਇੰਨੀਆਂ ਇੱਟਾਂ ਧਰ ਲਿਓ ਜਾਂ ਡੱਬੀਆਂ ਦੇ ਸੀਖਾਂ ਧਰ ਲਿਓ ਜਿਵੇਂ ਮਰਜ਼ੀ ਤੁਸੀਂ ਬਣਾ ਲਿਓ ਤੇ ਜੇ ਨਾ ਨਿਕਲਿਆ ਵੀਡੀਓ ਸ਼ੇਅਰ ਕਰ ਦਿਓ ਜੇ ਜਮੀ ਕਿਸੇ ਨੂੰ ਐਮਰਜੈਂਸੀ ਹੋ ਗਈ ਤਾਂ ਸਾਡੇ WhatsApp ਨੰਬਰ ਦਿੱਤੇ ਹੋਏ ਨੇ ਸਾਡੇ ਤੋਂ ਪੁੱਛ ਲਿਓ ਨਹੀਂ ਆਪਦਾ ਕਮੈਂਟ ਪੜ ਲਿਓ ਠੀਕ ਹੈ ਤੇ ਚਲੋ ਜੀ ਤੁਸੀਂ ਮਾਰੋ ਮੱਥਾ ਅਸੀਂ ਤਾਂ ਕੱਢਦੇ ਹਾਂ ਜੀ ਚਲੋ ਜੀ